رحمت للعالمین نبی جبریل آئے مولا جنوں لین واسطے آیا وا وہ سونا تے لمی چادر تان کے لیٹیا ہوا ہے مولا آواز دیا دروازے نو ہلاوا جے کمے تے یار دیاں زلفاں وچ ہولی ہولی انگلیاں پھیر کے کواں کم کم یا حبیبی قدرت دی آواز آئی جبریل محبت دا ایک انداز اے بھی اے پر نہیں نہیں انج نہیں جگانا مولا پھر جگانا کیویں میں فرمایا محبوب میرا وے جگان دے طریقے بھی میں دساں گا میرا محبوب اج یار نو انج جگا انج بلا کہ ادب دی بھی انتہا ہو جائے تو محبت دی بھی انتہا ہو جائے یا اللہ طریقہ کار کی ہوئے گا قدرتی آواز آئی یا جبرائیل قبل قدم ہی ہے انہ نور تے کافور والے لبانو یار دیا پیر دیا تلیاں نال مس کر دے فرشتیاں دا سردار 1,24,000 کموں پیش نبیاں دا صحابی تورات دا حافظ انجیل دا حافظ قرآن دا حافظ زبور دا حافظ ملائکہ وچ اللہ دا رسول آدم تو لے کے کملی والے کریم نبی تی کری ہر پیغمبر وال اللہ دا پیغام لے کے آن والا معراج والی راتی نوریاں دا سردار بشراں دے سردار دے پیر پیا چمداوے کملی والے دے پیر پیا چمداوے نبی کریم دے پیر دیاں تلیاں نال اپنے نوری تے کافوری لبانو جوڑیا ہویا وے جبریل کی مزہ پایا وی جبریل کہندا دنیا والیو نہ جنت نہ جنت کی ایک کلیوں میں پایا مزہ جو محمد کی تلیوں میں پایا میں کائنات دا ذرہ ذرہ ویکھیا وے زمین و آسمان ویکھی مشرق و مغرب ویکھیا شمال و جنوب ویکھیا میں جنت دی ہر لذت دے بارے جاننا وا لیکن حقیقت اے وے نہ جنت کی کلیوں میں پایا مزہ جو محمد کی تلیوں میں پایا کملی والے دے جسم دے اندر ٹھنڈک نے سرائش کیتا رحمت للعالمین نبی نے پہلو بدلیا جبریل پھر چمدا وے سرکار نے پھر پہلو بدلیا جبریل پھر چمدا تے کملی والے نے اکھ کھول کے پوچھیا پیر چمن والے کون ہے تے عرض کیتی جبریل تلیاں نو چم کے اٹھو آقا رب دا پیام آ گیا اے سواری لئی در تے برا کیا آیا تے واگاں پھڑنے لئی غلام آ گیا آقا اٹھو سواری آ گئی ہے غلام آ گئے فرشتے نال نے اللہ پیا بلاؤں دے رب ملاقات دا مشتاق نبی کریم اٹھے زم زم نال اسل فرمایا جنتی جوڑا پہنیا سر تے امامہ رکھیا بن سور کے شب اسرا دے دولا کائنات دے صدر اج اپنے ملک دے دوجے صوبے دی سیر نو جا رہے نے کملی والے سواری تے بہ گئے میرے ویرو جدو کسے نو اتنا بڑا اعزاز ملدا ہے
ਗਿਰਾਂ ਵਾਲੇ ਕਹਿੰਦੇ ਨੇ ਵਾਹ ਵਾਹ ਮੈਂ ਤਕਰੀਰ ਪਿਆ ਕਰਨਾ ਵਾ, ਤੁਸੀਂ ਕਹਿ ਰਹੇ ਹੋ ਸੁਭਾਨ ਅੱਲਾ। ਮੇਰੇ ਵੀਰੋ, ਕਿਸੇ ਦਾ ਪੁੱਤਰ ਘੋੜੀ ਚੜੇ ਦੂਲਾ ਬਣੇ, ਇਤਨਾ ਬੜਾ ਇਨਾਮ ਮਿਲ ਜਾਏ, ਇਤਨੀ ਬੜੀ ਪਾਰਟੀ ਮਿਲ ਜਾਏ, ਵਾਹ ਵਾਹ ਸੁਭਾਨ ਅੱਲਾ ਮਾਸ਼ਾ ਅੱਲਾ ਦੇ ਨਾਰੇ ਵੱਜਦੇ ਨੇ। ਕਮਲੀ ਵਾਲਿਆ, ਰਾਤ ਦੀ ਤਾਰੀਕੀ ਏ, ਗੁਲਾਮ ਸੁੱਤੇ ਹੋਏ ਨੇ, ਆਪਣੇ ਨੂੰ ਵੀ ਖਬਰ ਕੋਈ ਨਹੀਂ, ਬੇਗਾਨੇ ਵੀ ਲੇਟੇ ਹੋਏ ਨੇ, ਦਿਨ ਦਾ ਚਾਨਣ ਵੀ ਨਹੀਂ, 27 ਸਰਾਤੇ ਗੁਪ ਹਨੇਰਾ ਵੇ ਆਏ। ਕਦੇ ਕਮਲੀ ਵਾਲੇ ਦਾ ਕੋਈ ਕਰੀਬੀ ਆਉਂਦਾ, ਮਾਂ ਆਉਂਦੀ, ਬਾਬਾ ਆਉਂਦਾ, ਦਾਦਾ ਆਉਂਦਾ, ਵਾਹ ਵਾਹ ਸੁਭਾਨ ਅੱਲਾ ਦੀਆਂ ਸਦਾਵਾਂ ਬੁਲੰਦ ਹੋਣੀਆਂ। ਰੱਬ ਤਾਲਾ ਨੇ ਕਿਹਾ ਮਹਬੂਬਾ ਕਿਸੇ ਨੂੰ ਮਾਂ ਕਵੇ, ਬਾਬਾ ਕਵੇ, ਬਿਰਾਦਰੀ ਕਵੇ, ਯਾਰ ਤੇ ਸੰਗੀ ਨਾਰੇ ਮਾਰਨ। ਮਹਬੂਬਾ ਸਵਾਰੀ ਤੇ ਤੂੰ ਬਹਿ ਜਾ ਤੇ ਕਹਿ ਮੈਂ ਰੱਬ ਰਹਿਮਾਨ ਦੇ ਨਾਮਾ ਸੁਭਾਨ ਅੱਲਾ ਸੁਭਾਨ ਅੱਲਜ਼ੀ ਅਸਰਾ ਬਿਆਬਦੇਹੀ ਲੈਲਾ ਮਿਨਲ ਮਸਜਿਦਿਲ ਹਰਾਮੇ ਇਲਲ ਮਸਜਿਦਿਲ ਅਕਸਾ ਅੱਲਜ਼ੀ ਬਾਰਕਨਾ ਹੌਲਹੁ ਲਿਨੁਰੀਯਹੁ ਮਿਨ ਆਯਾਤਿਨਾ ਇਨਹੁ ਵਸਮੀਉਲ ਬਸੀਰ। ਅੱਲਾਹੁ ਅਕਬਰ। ਪਾਕ ਹੀ ਉਹ ਜ਼ਾਤ ਜਿਹੜੀ ਲੈ ਗਈ ਆਪਣੇ ਬੰਦੇ ਖਾਸ ਨੂੰ ਮਸਜਿਦ ਹਰਾਮ ਤੋਂ ਮਸਜਿਦ ਅਕਸਾ ਵੱਲ, ਆਪਣੀਆਂ ਨਿਸ਼ਾਨੀਆਂ ਵਿਖਾਣਾ ਮਕਸੂਦ ਏ। ਅਜ਼ਮਤਾਂ ਵਾਲੀ ਮਸਜਿਦ ਹਰਾਮ, ਬਰਕਤਾਂ ਵਾਲੀ ਮਸਜਿਦ ਅਕਸਾ, ਦੋਵੇਂ ਮਸਜਿਦਾਂ ਸ਼ਾਨ ਵਾਲੀਆਂ ਨੇ। ਕੁਦਰਤੀ ਆਵਾਜ਼ ਆਈ, ਮਹਬੂਬਾ ਮੇਰੇ ਵੱਲ ਵੀ ਆਉਣਾ ਵੇ, ਮੈਂ ਚਾਹੁੰਦਾ ਵਾਂ ਤੇਰਾ ਸਫ਼ਰ ਵੀ ਮੇਰੇ ਘਰੋਂ ਸ਼ੁਰੂ ਹੋਵੇ, ਆ ਜਾਣਾ ਮਕਾਮੇ ਹਤੀਮ ਦੇ ਅੰਦਰ। ਕਮਲੀ ਵਾਲੇ, ਹਾਂ ਉਮੇ ਹਾਨੀ ਦੇ ਮਕਾਨ ਝੂਠੇ, ਮਕਾਮੇ ਹਤੀਮ ਚਲੇ ਗਏ, ਖਾਨੇ ਕਾਬੇ ਦਾ ਹਿੱਸਾ ਵੇ, ਚਾਰ ਕੋਨੇ ਨੇ, ਇੱਕ ਜੁਨਾਬ ਹਜਰੇ ਅਸਵਦ ਵਾਲਾ, ਇੱਕ ਰੁਕਨੇ ਯਮਾਨੀ ਵਾਲਾ, ਇੱਕ ਰੁਕਨੇ ਸ਼ਾਮੀ ਵਾਲਾ, ਇੱਕ ਰੁਕਨੇ ਇਰਾਕੀ ਵਾਲਾ। ਰੁਕਨੇ ਸ਼ਾਮੀ ਤੇ ਇਰਾਕੀ ਦੇ ਦਰਮਿਆਨ ਜਿਹੜੀ ਛੋਟੀ ਦੀਵਾਰ ਏ, ਇਹ ਅੰਦਰ ਦਾ ਹਿੱਸਾ ਮਕਾਮੇ ਹਤੀਮ ਏ। ਰਹਿਮਤ ਦਾ ਖਾਨੇ ਕਾਬੇ ਦਾ ਪਰਨਾਲਾ ਵੀ ਉਸੇ ਜਗ੍ਹਾ ਤੇ ਪਿਆ ਗਿਰਦਾ। ਕੁਦਰਤ ਦੀ ਆਵਾਜ਼ ਆਈ, ਮਹਬੂਬਾ ਆ ਜਾ ਆ ਜਾ। ਰਹਿਮਤੁਲ ਲਿਲ ਆਲਮੀਨ ਨਬੀ ਸਵਾਰੀ ਤੇ ਬਹਿ ਗਏ, ਹਵਾਵਾਂ ਤੇ ਫਿਜ਼ਾਵਾਂ ਵੇਖ ਰਹੀਆਂ ਨੇ, ਕਾਇਨਾਤ ਦਾ ਜ਼ਰਰਾ ਜ਼ਰਰਾ ਮੁਸ਼ਾਹਦਾ ਪਿਆ ਕਰਦਾ। ਅੱਲਾ ਦਾ ਹਬੀਬ ਜਾ ਰਿਹਾ, ਦੁਰੇ ਯਤੀਮ ਜਾ ਰਿਹਾ ਵੇ, ਰੱਬ ਨਾਲ ਮੁਲਾਕਾਤ ਵਾਸਤੇ ਜਾ ਰਿਹਾ ਵੇ। ਜਿਬਰੀਲ ਨੇ ਮੁਹਾਰਾਂ ਪਕੜੀਆਂ ਹੋਈਆਂ ਨੇ, ਹਾਂ ਹਾਂ ਮੇਰੇ ਵੀਰਾ, ਹਾਂ ਹਾਂ ਮੇਰੇ ਵੀਰਾ। ਹੂਰੋ ਗਿਲਮਾਨ ਦਾਏ ਬਾਏ ਜੁਨਾਬ ਕਮਲੀ ਵਾਲੇ ਦੇ ਨਾਲ ਬਰਾਤੀ ਬਣ ਕੇ ਜਾ ਰਹੇ ਨੇ, ਤੇ ਕਹਿਣ ਵਾਲਾ ਕੀ ਪਿਆ ਕਹਿੰਦਾ, ਬਾਗੇ ਆਲਮੇ ਬਾਦੇ ਬਹਾਰੀ ਚਲੀ ਸਰਵਰੇ ਅੱਲਾਹ। ਬਾਗੇ ਆਲਮੇ ਬਾਦੇ ਬਹਾਰੀ ਚਲੀ ਸਰਵਰੇ ਅੰਬੀਆ ਕੀ ਸਵਾਰੀ ਚਲੀ, ਯੇ ਸਵਾਰੀ ਸੂਏ ਜ਼ਾਤੇ ਬਾਰੀ ਚਲੀ, ਅਬਰੇ ਰਹਿਮਤ ਉਠਾ ਆਜ ਕੀ ਰਾਤ ਹੈ। ਔਰ ਜਜ਼ਬੇ ਹੁਸਨੇ ਤਲਬ ਆਜ ਕੀ ਰਾਤ ਹੈ, ਦਾਏ ਬਾਏ ਫਰਿਸ਼ਤੋਂ ਕੀ ਬਾਰਾਤ ਹੈ, ਸਰ ਪੇ ਨੂਰਾਨੀ ਸਹਰੇ ਕੀ ਕਿਆ ਬਾਤ ਹੈ, ਸ਼ਾਹ ਦੂਲਾ ਬਨਾ ਆਜ ਕੀ ਰਾਤ ਹੈ।
कमली वाले दी सवारी जा रही है मस्जिद हराम तो निकल पई मस्जिद अक्सा वाल जा रही है ते रहमतुल आलमीन नबी मुल्क फलस्तीन मस्जिद अक्सा पहुंचे हाय जाग साच पहुंचे मोहम्मद प्यारे नबी सब खड़े ने इंतजारी च सारे ते आदम ने फरमान नबियानू कीता सफा ठीक कर लो इमाम आ गया आदम अलैहिस्सलाम पीछे दाऊद पीछे सुलेमान पीछे यहिया पीछे जकरिया पीछे हारून पीछे याकूब पीछे यूसुफ पीछे इसहाक पीछे इस्माइल पीछे इब्राहिम पीछे ईसा पीछे सारे नबी सफा बना के मुक्तदी बन के खलोते ने तेरा मेरा नबी मुसल्ले ते इमाम बन के खलोते फिर क्यों ना कविए की न कीता यार ने एक यार वास्ते की न कीता यार ने नहीं नहीं मजा नहीं आ रहा स्टेज वाले बोल रहे ने तलवियां दी आवाज नहीं पी आंदी जड़े यारां वाले ओ जिन्हां दा कोई यार है अगर सच्चा वे पक्का वे इखलास वाला वे मैं यार दी गल बिया करना वा घर मार दी गल नहीं बिया करदा मैं उदी गल नहीं बिया करदा जड़ा मतलब वास्ते वे ना ना मैं सच्चे यार दी गल बिया करना वा हजरत मियां साहब आरफे खड़ी बोलिया फरमोंदनी चंगी मंदी ओए सजना कोलो ते सैवारी हो जांदी पर यार यारां दा ओए गिला नहीं करे दे होंदी असल परीत जिन्हां दी यार 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 मैं अर्ज कीता के इंज नहीं तो मैं जब यार फिरने बह हां मतलब वास्ते अर यार नहीं होना जी ओ किसे के आख्या के पता नहीं यार कहना शेर है फराज ना तुम तकल्लफ को भी इखलास समझते हो फराज दोस्त नहीं होता हर हाथ मिलाने वाला ये नहीं कि थोड़ा जे जनाब कोई बंदा उठ के या थोड़े जे तकलफ करके मिल पवे तो यार ही होना नहीं यार कोई कोई होना उठ दिला चल ढूंढन चलिए ते घर बैठिया सजन नहीं मिलदे ओए बिन तकलीफों ओ नहीं मिले दे होंदे जेड़े वक्त ने अपने मतलब ने होने जी लेकिन कई इखलास वाले होने हकीकत और मैं हूँ कई चेहरे वेख रहा जी और झूठ तो अगे संगी आया मेरा ओ पिछे बैठा वा ऐ भाई जवेद होरी उदो दामे अडयाले तो आए और कई मैं चेहरे वेख रहा दूर दूर जनाब ए मुहब्बत लैके इखलास लैके प्यार लैके जी आ और फिर ये जड़ी हजूर नहीं मुहब्बत है जी हजूर ना प्यार है हजूर नी यारी है ये यारी होवे के जड़ी यारी मेरी यारी नहीं ए कमली वाले